ਇਸ ਵੇਲੇ ਅਸੀਂ ਖੜ੍ਹੇ ਹਾਂ ਜ਼ਿਲ੍ਹਾ ਰੂਪਨਗਰ ਦੇ ਪਿੰਡ ਸਰਤਲੀ ਵਿਖੇ, ਜਿੱਥੇ ਕਿ ਇੱਕ ਬਹੁਤ ਦੁਖਦਾਈ ਖਬਰ ਜੋ ਕਿ ਸਾਹਮਣੇ ਆ ਰਹੀ ਹੈ। ਇਸ ਵੇਲੇ ਜੋ ਕਿ ਅਸੀਂ ਜੋ ਕਿ ਪ੍ਰਾਰਥਨ ਸ਼ਿਵ ਮੰਦਰ ਸਤਲੀ ਦੇ ਬਾਹਰ ਖੜ੍ਹੇ ਹਾਂ, ਜਿੱਥੋਂ ਦੇ ਮੁੱਖ ਗੱਦੀ ਨਿਸ਼ੀਨ ਰਾਸ਼ਟਰੀ ਸੰਤ ਮਹੰਤ ਮੋਹਨਗਿਰੀ ਮਹਾਰਾਜ ਜੋ ਕਿ ਲੰਬੇ ਸਮੇਂ ਤੋਂ ਸਮਾਜ ਭਲਾਈ ਦੇ ਕਾਰਜ ਕਰ ਰਹੇ ਸੀ, ਅੱਜ ਇੱਕ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਜੋ ਕਿ ਪੈ ਗਿਆ ਹੈ। ਕਿਉਂਕਿ ਮਹੰਤ ਮੋਹਨਗਿਰੀ ਜੀ ਜਿਹਨਾਂ ਕਿ ਅੱਜ ਸਵੇਰੇ ਉਹਨਾਂ ਨੂੰ ਦਿਲ ਦੇ ਗਤੀ ਰੁਕਣ ਦੇ ਕਾਰਨ ਅੱਜ ਉਹ ਪੰਚ ਤੱਤ ਵਿੱਚ ਵਿਲੀਨ ਹੋ ਗਏ ਨੇ। ਸੋ ਜਿੱਥੇ ਕਿ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਉਹਨਾਂ ਦੇ ਅੰਤਿਮ ਦਰਸ਼ਨ ਲਈ ਪਹੁੰਚੇ ਨੇ ਅਤੇ ਦੂਰੋਂ ਦੂਰੋਂ ਸੰਤ ਮਹਾਤਮਾ ਵੀ ਇੱਥੇ ਪਹੁੰਚ ਰਹੇ ਨੇ। ਸੋ ਜੋ ਕਿ ਅੱਜ ਇਸ ਤੋਂ ਬਾਅਦ ਗੱਲਬਾਤ ਕੀਤੀ ਗਈ ਜੋ ਸੰਤ ਮਹਾਂਪੁਰਸ਼ਾਂ ਦੇ ਨਾਲ, ਜਿਨ੍ਹਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦੇ ਜੋ ਪਾਰਥਿਵ ਸ਼੍ਰੀ ਦੀ ਕੱਲ੍ਹ ਯਾਤਰਾ ਕੱਢੀ ਜਾਵੇਗੀ, ਉਸ ਤੋਂ ਬਾਅਦ ਪਰਥੋਂ ਉਹਨਾਂ ਦੀ ਜੋ ਕਿ ਸਮਾਧੀ ਇਸ ਮੰਦਿਰ ਵਿੱਚ ਹੀ ਲਗਾਈ ਜਾਵੇਗੀ। ਮੇਰਾ ਪੰਜਾਬ ਨਿਊਜ਼ ਤੋਂ ਕੈਮਰਾਮੈਨ ਮਨੋਜ ਸਿਮਾਨ ਦੇ ਨਾਲ ਦਿਨੇਸ਼ ਸ਼ੈਲਨ, ਨੂਰ ਪ੍ਰਵੇਦੀ। ਇਸ ਤਰ੍ਹਾਂ ਗੱਲ ਹੈ ਕਿ ਮਹਾਂਪੁਰਸ਼ਾਂ ਦਾ ਆਉਣਾ ਵੀ ਸ਼ੁਭ ਕਾਰਕ ਹੈ, ਜਾਣਾ ਸ਼ੋਭ ਕਾਰਕ ਹੈ। ਜਿੰਨੇ ਚਿਰ ਮਹਾਂਪੁਰਸ਼ ਇਸ ਧਰਤੀ ਪਰ ਰਹਿੰਦੇ ਉਨੇ ਚਿਰ ਇਹ ਧਰਤੀ ਮਾਤਾ ਆਪਣੇ ਆਪ ਨੂੰ ਪਾਪਾਂ 'ਤੇ ਹੌਲਾ ਸਮਝਦੀ ਕਿ ਮੇਰੇ ਪਰ ਪਾਪ ਕਰਮ ਘੱਟ ਗਏ। ਸੰਤ ਹੈ ਕਿਉਂਕਿ ਸੰਤ ਚੰਗਾ ਉਪਦੇਸ਼ ਦਿੰਦੇ, ਅੱਛੇ ਰਸਤੇ ਲਾਉਂਦੇ। ਸੰਗਤਾਂ ਨੂੰ ਸ਼ਰਾਬ, ਮਾਸ, ਮੱਛੀ, ਆਂਡਾ, ਚੁਗਲੀ, ਨਿੰਦਿਆ, ਲੜਾਈ, ਝਗੜਾ, ਦੋ ਦਗਾ, ਬੇਈਮਾਨੀ 'ਤੇ ਹਟਾਉਂਦੇ। ਸੰਤ ਮਾੜਿਆਂ ਕੰਮਾਂ 'ਤੇ ਹਟਾਉਂਦੇ। ਤੋ ਸੰਤ ਤਾਂ ਸੰਤ ਹੀ ਹੈ, ਸੰਤਾਂ ਦੇ ਜਾਣ ਦਾ ਸ਼ੋਕ ਹੈ ਮੇਰੇ ਪ੍ਰਭੂ। ਇਹ ਕਦੀ ਵੀ ਪੂਰਾ ਨਹੀਂ ਹੁੰਦਾ, ਸੰਤ ਹਮੇਸ਼ਾ ਹੀ ਹੈ ਵੈਸੇ, ਪਰ ਸੰਤਾਂ ਦੇ ਜਾਣ ਦਾ ਘਾਟਾ ਹੀ ਘਾਟਾ ਹੈ। ਮੈਂ ਬਾਲ ਬਾਬਾ ਜੀ ਉਨੇ ਤੋਂ ਮਹਾਂਪੁਰਸ਼ਾਂ ਦੇ ਅਸੀਂ ਸੰਗੀ ਹੈ। ਸਾਨੂੰ ਉਹਨਾਂ ਦਾ ਬੜਾ ਦੁੱਖ ਹੋਇਆ ਹੁਣੇ ਅਚਾਨਚਕ ਸੁਣ ਕੇ। ਭਗਵਾਨ ਉਹਨਾਂ ਦੀ ਆਤਮਾ ਨੂੰ ਆਪਣੇ ਮੇਲ ਨਾਲ ਮਿਲਣ, ਭਗਵਾਨ ਕਿਰਪਾ ਕਰਨ। ਹਰੇਕ ਦੁੱਖ ਕੀ ਬਾਤ ਹੈ, ਹਮਾਰਾ ਰੋਪੜ ਜ਼ਿਲ੍ਹੇ ਕੇ ਅੰਦਰ ਨੂਰਪੁਰ ਵੇਦੀ ਕੇ ਅੰਦਰ ਇਨਕਾ ਅੱਛਾ ਨਾਮ ਥਾ, ਜੋ ਨਗਰ ਬਸਤੀ ਥੀ ਉਨਕੇ ਲੀਏ ਵੀ ਅੱਛਾ ਪ੍ਰਭਾਵ ਥਾ ਇਨਕਾ। ਹਰ ਸੰਗਤ ਜੋ ਹੈ ਉਨਕੋ ਬੜੇ ਦਿਲ ਔਰ ਚਾਓ ਸੇ ਪਿਆਰ ਕਰਦੀ ਹੈ। ਜੋ ਹਮਾਰੇ ਅਖਾੜੇ ਕੇ ਸ਼੍ਰੀ ਮਹੰਤ ਹੈ, ਜੋ ਸਭਾਪਤੀ ਹੈ, ਸਾਰੇ ਆਏਂਗੇ, ਜੋ ਉਨਕਾ ਪੰਚ ਸਨਾਨ ਕਰਵਾ ਕਰ ਸਮਾਧੀ ਕਾ ਅਸਥਿਰ ਹੋਗਾ। ਮੈਂ ਸਮਝਦਾ ਹਾਂ ਕਿ ਬਾਬਾ ਮੋਹਨਗਿਰੀ ਜੀ ਦੇ ਜਾਣ ਨਾਲ ਸਾਡੇ ਪਿੰਡ ਸਰਥਲੀ ਨੂੰ ਤਾਂ ਜੋ ਘਾਟਾ ਪਿਆ, ਬਲਕਿ ਸਾਰੇ ਇਲਾਕੇ ਨੂੰ ਜਿਹੜਾ ਇਹ ਘਾਟਾ ਪਿਆ। ਮਹਾਤਮਾ ਜੀ ਕਰੀਬ 35 ਸਾਲ ਤੋਂ ਸਾਡੇ ਸਰਥਲੀ ਪਿੰਡ ਦੇ ਵਿੱਚ ਰਹਿ ਰਹੇ ਸਨ, ਜਿਨ੍ਹਾਂ ਨੇ ਆਪਣੇ ਬਹੁਤ ਹੀ ਸਮਾਜ ਸੁਧਾਰਕ ਕੰਮ ਕੀਤੇ, ਲੜਕੀਆਂ ਦੀਆਂ ਸ਼ਾਦੀਆਂ ਕਰਨਾ, ਅੱਖਾਂ ਦੇ ਕੈਂਪ ਲਵਾਉਣੇ, ਮੈਡੀਕਲ ਕੈਂਪ ਲਵਾਉਣੇ, ਔਰ ਲੋਕਾਂ ਨੂੰ ਇੱਕ ਵਧੀਆ ਸੇਧ ਦਿੱਤੀ ਜੋ ਕਿ ਉਹਨਾਂ ਦੇ ਜੇ ਅੱਛੇ ਸੰਸਕਾਰ ਲੋਕਾਂ ਦੇ ਵਿੱਚ ਜਾਣ। ਤਾਂ ਬਾਬਾ ਜੀ ਦੀ ਮੈਂ ਸਮਝਦਾ ਵੀ ਜਾਣ ਦੇ ਨਾਲ ਬਹੁਤ ਹੀ ਬਹੁਤ ਜ਼ਿਆਦਾ ਇਲਾਕੇ ਨੂੰ ਘਾਟਾ ਪਿਆ। ਕੱਲ੍ਹ ਪ੍ਰਭਾਤ ਫੇਰੀ ਮਹਾਰਾਜ ਕੀ ਜੋ ਹੈ ਨਾ, ਕਿਆ ਬੋਲਤੇ ਹੈ, ਸ਼ੋਭਾ ਯਾਤਰਾ ਇਹ ਨਗਰੋਂ ਮੈਂ ਘੁਮਾਈ ਜਾਏਗੀ। ਆਸ ਪਾਸ ਕੀ ਜੋ ਨਗਰ ਹੈ ਜਾਂ ਨਜ਼ਦੀਕ ਮੈਂ, ਉਸਕੇ ਬਾਅਦ ਮੈਂ ਪਰਸੋਂ ਸਮਾਧੀ ਲਗੇਗੀ, ਠੀਕ ਹੈ ਨਾ। ਤੋ ਪਰਸੋਂ ਸਮਾਧੀ ਲਗੇਗੀ ਤਾਂ 12 ਕੇ ਬਾਅਦ ਹੀ ਲਗੇਗੀ ਸਮਾਧੀ, ਦੋ ਵੀ ਵੱਜਾ ਹੈ,
3 भी बच जाए, ठीक है ना।